ਕਰਦਾ ਵਾਂ ਔਰ ਖਾਸ ਕਰਕੇ ਸਨਮਾਨ ਤਾਂ ਸਾਡਾ ਨਹੀਂ ਬਣਦਾ, ਸਨਮਾਨ ਤਾਂ ਸਾਨੂੰ ਕਰਨਾ ਚਾਹੀਦਾ ਸੀ ਇਹਨਾਂ ਨੇ, ਕਿਉਂਕਿ ਜੋ ਇਹਨਾਂ ਨੇ ਲੋਕਾਂ ਦੀ ਇਸ ਮਹਾਂਮਾਰੀ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਹੈ, ਘਰ ਘਰ ਜਾ ਕੇ ਲੰਗਰ ਵਰਤਾਇਆ ਔਰ ਸੜਕਾਂ ਦੇ ਵਿੱਚ ਜਿਹੜੇ ਭੁੱਖ ਪਿਆਸ ਦੇ ਬੱਚੇ ਸੀ ਉਹਨਾਂ ਨੂੰ ਖਾਣਾ ਖਵਾਇਆ ਇਹਨਾਂ ਨੇ, ਔਰ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ। ਮੈਂ ਇਹਨਾਂ ਦਾ ਬਹੁਤ ਜਿਹੜਾ ਦਿਲੋਂ ਧੰਨਵਾਦੀ ਹਾਂ ਸਰ ਜੀ। ਦੇਖੋ ਜੀ, ਇਹ ਦੇਖੋ ਸਾਡੇ ਪੁਲਿਸ ਬਹੁਤ ਜਿਹੜੇ ਮੁਲਾਜ਼ਮ ਨੇ ਨਾ ਬਹੁਤ ਜਿਹੜੇ ਘੱਟ ਹੁੰਦੇ ਨੇ ਕਿ ਜਿਹੜਾ ਆਪਣੇ ਜੇਬ ਦੇ ਵਿੱਚੋਂ ਇੰਨੇ ਪੈਸੇ ਖਰਚ ਕੇ 1,37,000 ਰੁਪਈਆ ਖਰਚ ਕੇ ਜਿਹੜਾ ਕਿ ਲੰਗਰ ਦੇ ਵਿੱਚ ਮਹਾਂਮਾਰੀ ਦੇ ਵਿੱਚ ਲਾਇਆ ਜਾਵੇ, ਬਹੁਤ ਘੱਟ ਹੁੰਦੇ ਨੇ। ਔਰ ਮੈਂ ਕਹਿੰਦਾ ਕਿ ਇਹੋ ਜਿਹੇ ਇਨਸਾਨ ਜਿਹੜੇ ਘਰ ਘਰ ਜੰਮਣੇ ਚਾਹੀਦੇ ਨੇ ਅਤੇ ਜਿਨ੍ਹਾਂ ਨੇ ਇੰਨਾ ਮਹਾਂਮਾਰੀ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।